ਦੇਖ ਰਹੇ ਹੋ ਚੱਕਦੇ ਟੀਵੀ ਤੇ ਮੈਂ ਹਾਂ ਤੁਹਾਨੂੰ ਰਿੰਪੀ ਦੱਸਦੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਵੱਲੋਂ ਹੁਣ ਰਵਨੀਤ ਬਿੱਟੂ ਤੇ ਤਿੱਖਾ ਪਲਟਵਾਰ ਜਿਹੜਾ ਕਰ ਦਿੱਤਾ ਗਿਆ। ਦੱਸ ਜੀ ਉਹਨਾਂ ਨੇ ਕਿਹਾ ਕਿ ਬਿੱਟੂ ਦੇ ਸੁਪਨੇ ਦੇ ਵਿੱਚ ਵੀ ਰਾਜੂ ਨੂੰ ਤੇ ਐਸਜੀਪੀਸੀ ਆਉਂਦੇ ਹਨ। ਦੱਸ ਦੇ ਕਿ ਅਮਿਤ ਸ਼ਾਹ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਪਿਛਲੇ ਦਿਨੀ ਬਿਆਨ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਿਆਸਤ ਲਗਾਤਾਰ ਭਖਦੀ ਨਜ਼ਰ ਆਈ ਹੈ। ਇਸ ਮਾਮਲੇ ਦੇ ਵਿੱਚ ਰਵਨੀਤ ਬਿੱਟੂ ਵੱਲੋਂ ਰਾਜੂ ਨੂੰ ਤੇ ਬੰਦੀ ਸਿੰਘਾਂ ਨੂੰ ਲੈ ਕੇ ਬੀਤੀ ਦਿਨੀ ਵੀ ਇੱਕ ਬਿਆਨ ਜਾਰੀ ਜਿਹੜਾ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਧਾਮੀ ਵੱਲੋਂ ਪਲਟਵਾਰ ਜਵਾਬ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਰਣਵੀਰ ਬਿੱਟੂ ਵੋਟਾਂ ਲਈ ਸਿਆਸੀ ਰੋਟੀਆਂ ਜਿਹੜੀਆਂ ਸੇਕ ਰਹੇ ਨੇ। ਹਰਜਿੰਦਰ ਸਿੰਘ ਤਾਮੀ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਕੋਈ ਠੋਸ ਹੱਲ ਕੱਢੇ। ਉਹਨਾਂ ਨੇ ਕਿਹਾ ਕਿ ਅਸੀਂ ਸਿੰਘਾਂ ਦੀ ਰਿਹਾਈ ਲਈ ਕੋਈ ਭੀਖ ਨਹੀਂ ਮੰਗ ਰਹੇ, ਸਗੋਂ ਇਨਸਾਫ਼ ਦੀ ਲੜਾਈ ਜਿਹੜੀ ਲੜ ਰਹੇ। ਉਹਨਾਂ ਨੇ ਵੀ ਕਿਹਾ ਕਿ ਬਲਵੰਤ ਸਿੰਘ ਰਾਜੋਲੇ ਦੀ ਰਿਹਾਈ ਤੇ ਅਮਿਤ ਸ਼ਾਹ ਵੱਲੋਂ ਦਿੱਤਾ ਗਿਆ ਬਿਆਨ ਠੀਕ ਨਹੀਂ ਸੀ ਤੇ ਕਿਹਾ ਹੈ ਕਿ ਅਸੀਂ ਇਸ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦਾ ਯਤਨ ਜਿਹੜੇ ਕਰ ਰਿਹਾ। ਹਰਜਿੰਦਰ ਸਿੰਘ ਤਾਮੀ ਨੇ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਮੁੱਦੇ ਤੇ 5 ਮੈਂਬਰੀ ਕਮੇਟੀ ਵੀ ਬਣਾਈ ਗਈ, ਜਿਸ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈਗਾ, ਜਿਸ ਦਾ ਜਵਾਬ ਇਹ ਆਇਆ ਹੈ ਕਿ ਤੁਸੀਂ ਕੇਂਦਰ ਗ੍ਰਹਿ ਮੰਤਰੀ ਨਾਲ ਸੰਪਰਕ ਕਰੋ। ਸੁਣੋ ਇਸ ਸੰਬੰਧੀ ਹੋਰ ਕੀ ਕੁਝ ਬੋਲ ਰਹੇ ਨੇ ਹਰਜਿੰਦਰ ਸਿੰਘ ਤਾਮੀ। ਉਹ ਤਾਂ ਦੇਖੋ ਜੀ, ਗੱਲ ਇਹ ਆ, ਮੈਂ ਉਹਦੇ ਬਾਰੇ ਤਾਂ ਕਹਿਣਾ ਕੁਝ ਨਹੀਂ, ਤਾਂ ਇਦਾਂ ਲੱਗਦਾ ਵੀ ਜਿੱਦਾਂ ਉਹ ਆਪਣੀ ਸੁਰਤੀ ਬਿਰਤੀ ਗਵਾ ਬੈਠਾ। ਉਹਨੂੰ ਤਾਂ ਮੇਰਾ ਖਿਆਲ ਰਾਤ ਨੂੰ ਵੀ ਸੁੱਤੇ ਪਏ ਨੂੰ ਰਾਜੋਆਣੇ ਦੇ ਤੇ ਸ਼੍ਰੋਮਣੀ ਕਮੇਟੀ ਦੇ ਹੀ ਸੁਪਨੇ ਆਉਂਦੇ ਹੋਣੇ ਆ। ਉਹ ਆਪਣਾ ਯਤਨ ਕਰਨ, ਉਹ ਰਾਜੋਆਣਾ ਸਾਹਿਬ ਨੇ ਤਾਂ ਕਿਹਾ ਨਹੀਂ ਵੀ ਮੈਂ ਰਾਜਨੀਤਿਕ ਬੰਦਾ। ਰਾਜਨੀਤਿਕ ਬੰਦਾ ਤਾਂ ਇਹ ਆ, ਇਹ ਆਪਣੀਆਂ ਰੋਟੀਆਂ ਸੇਕ ਰਿਹਾ ਵੀ ਮੈਂ ਵੋਟਾਂ ਕਿੱਦਾਂ ਇਕੱਠੀਆਂ ਕਰਨੀਆਂ। ਐਮ ਪੀ ਦਾ ਮੁੜ ਸੁਪਨਾ ਅਧੂਰਾ ਵੀ ਸ਼ਾਇਦ ਰਹਿ ਜਾਏ, ਉਹ ਪੂਰਾ ਕਰ ਲਏ ਸਾਰਾ ਕੁਝ, ਖੇਲ ਰਚਿਆ ਜਾ ਰਿਹਾ। ਮੈਂ ਉਹਦੇ ਬਾਰੇ ਕੋਈ ਬਾਹਲਾ ਨਹੀਂ ਕਹਿਣਾ ਚਾਹੁੰਦਾ ਵੀ ਕੀ ਕਰਨਾ, ਕਿਉਂਕਿ ਰਾਜੋਆਣਾ ਤਾਂ ਪੋਲੀਟੀਕਲ ਪਾਰਟੀ ਦਾ ਨੁਮਾਇੰਦਾ ਥੋੜ੍ਹਾ ਵਾ। ਸੋ ਇਸ ਕਰਕੇ ਕੋਈ ਵੀ ਜਿਹੜਾ ਲਾਭ 'ਚ ਬੋਲਣਾ ਉਹ ਢੰਗ ਨਾਲ ਬੋਲਣਾ ਚਾਹੀਦਾ। ਬੰਦੀ ਸਿੱਖਾਂ ਦੀ ਰਿਹਾਈ ਦਾ ਕਿੱਥੇ ਗੱਲ ਪਹੁੰਚੀ ਹੋਈ ਕਿ ਇਹ ਮਸਲਾ? ਚਲੋ ਇਹ ਹੁਣ ਅਸੀਂ ਤੁਰੇ ਹਾਂ, ਅਕਾਲ ਤਖ਼ਤ ਨੇ ਕਮੇਟੀ ਬਣਾਈ ਆ, ਹੁਣ ਦੇਖਦੇ ਹਾਂ ਲੈਟਸ ਵੇਟ ਫਾਰ ਸਮ ਟਾਈਮ ਪਰ ਉਹਦਾ ਕੀ ਨਿਕਲਦਾ ਰਿਹਾ।